ट्रेड यूनियंस की देशव्यापी हड़ताल के दूसरे दिन लेबर शेड पठानकोट में यूनियन आगू मास्टर सुभाष शर्मा, विक्रमजीत व विनोद कुमार की अध्यक्षता में रैली की गई व पठानकोट के विभिन्न बाजारों में रोष मुजाहरे किए गए। विशेष तौर पर पहुंचे कॉमरेड नत्था सिंह व शिव कुमार ने कहा कि केंद्र सरकार सड़क, रेलवे, टेलीकॉम, प्राकृतिक गैस भंडार आदि निजी हाथों में सौंप रही है और विरोधी पार्टियां भी इस मामले में कड़ा एतराज नहीं जता रही। सारे देश दियां 11 सेंट्रल ट्रेड यूनियन वक्खो वक्ख पब्लिक सैक्टर दे विच काम करदियां फैडरेशनां, एसोसीएशनां, सूबियां दियां ट्रेड यूनियनां और आजाद जथेबंदियां ने फैसला कीता सी कि 28 ते 29 मार्च दो दिनां दी देश व्यापी हड़ताल कीती जावे। इस हड़ताल दे विच मुद्दे बहुत स्पष्ट है कि केंद्र दी सरकार ने जिहड़े वायदे लोकां नाल कीते सी ओह पूरे नहीं कीते। वायदे पूरे करने तो एक पासे रहा, महंगाई लगातार बढ़ रही है, पब्लिक सैक्टर जिहड़ा जिहनूं नवरत्न कहिंदे हाँ जिथे बहुत ज़्यादा बेनीफिट हुंदा सी देश दी सरकार नूं वो सारे जिहड़े ने वेचे जा रहे हैं, जिवें हवाई जहाज़ां दे अड्डे वेच दित्ते है, एयर इंडिया वेच दित्ता है, गैस एजेंसियां वेच दित्तियां है, स्टील अथॉरिटी ऑफ इंडिया वेच दित्ती है, रेलवे स्टेशन ते रेल गड्डियां वेच दित्तियां गईयां। ये सारा पब्लिक सैक्टर जिहड़ा तहस नहस कीता जा रहा उहदे खिलाफ़ भी यह हड़ताल की जा रही है। नालों नाल जिहड़ा बेरोज़गारी लगातार बढ़ रही है उहदे ते कोई कंट्रोल नहीं हो रहा। जिहड़े मिनिमम वेज है सारे देश दे विच वो 21,000 की जाए जिहड़ी कि पंजाब दे विच हुण इस वेले 9,000 है। इन्हां सारियां मंगां लई जिहड़ा दो दिना हड़ताल की जा रही है उस कड़ी दे विच असीं पठानकोट बैठे हुए हैं। ਮੰਗਾਂ ਮਿਨੀਮਮ ਵੇਜ ਜਿਹੜੀ ਉਹ 21,000 ਰੁਪਇਆ ਕੀਤੀ ਜਾਵੇ, ਪਬਲਿਕ ਸੈਕਟਰ ਨੂੰ ਨਾ ਵੇਚਿਆ ਜਾਵੇ, ਜਿਹੜਾ ਵੇਚਿਆ ਵਾਪਸ ਪਬਲਿਕ ਸੈਕਟਰ ਬਣਾਇਆ ਜਾਵੇ, ਮਹਿੰਗਾਈ 'ਤੇ ਰੋਕ ਲਾਈ ਜਾਵੇ। ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਪਬਲਿਕ ਸੈਕਟਰ ਬਿਲਕੁਲ ਜਿਹੜਾ ਤੋੜਿਆ ਜਾ ਰਿਹਾ ਉਹਨੂੰ ਨਾ ਤੋੜਿਆ ਜਾਵੇ, ਬਚਾਇਆ ਜਾਵੇ। ਕਾਮਰੇਡ ਨੱਥਾ ਸਿੰਘ ਢਡਵਾਲ, ਜਨਰਲ ਸੈਕਟਰੀ CTU ਪੰਜਾਬ। ਵਿਕਰਮਜੀਤ, CITU। ਜਿਹੜੀ ਕੇਂਦਰ ਸਰਕਾਰ ਆ ਇਹਨੇ ਜਿਹੜੇ ਲੇਬਰ ਕਾਨੂੰਨ ਸੀ 40, ਇਹਨਾਂ ਨੇ 4 ਕੋਡ ਬਣਾ ਦਿੱਤੇ ਆ, ਜਿਹਦੇ ਵਿੱਚ ਇੱਕ ਉਜਰਤ ਕੋਡ ਆ, ਸੰਤੀ ਸੰਬੰਧ ਕੋਡ ਆ, ਸਮਾਜਿਕ ਸੁਰੱਖਿਆ ਸੰਬੰਧੀ ਕੋਡ ਆ, ਕੰਮ ਸੁਰੱਖਿਆ ਸਿਹਤ ਅਤੇ ਕੰਮ ਹਾਲਤਾਂ ਸੰਬੰਧੀ ਕੋਡ ਆ। ਇਹ ਜਿਹੜੇ ਕੋਡ ਉਹਨੇ ਬਣਾਏ ਨੇ ਇਹਦੇ ਵਿੱਚ ਮਜ਼ਦੂਰ ਜਿਹੜੇ ਨੇ ਮਤਲਬ ਕਿ ਉਹਨਾਂ ਨੂੰ ਜਦੋਂ ਮਰਜ਼ੀ ਰੱਖ ਲੈਣਾ, ਜਦੋਂ ਮਰਜ਼ੀ ਕੱਢ ਲੈਣਾ, ਉਹਨਾਂ ਦੀਆਂ ਜਿਹੜੀਆਂ ਕੰਮ ਦੀਆਂ ਹਾਲਤਾਂ ਸਰਕਾਰ ਜਿਹੜਾ ਬਣਾ ਰਹੀ ਆ ਉਹ ਜਿਹੜੀਆਂ ਉਹਨਾਂ ਨੂੰ ਉਹਦੇ ਨਾਲ ਸਮਾਜਿਕ ਸੁਰੱਖਿਆ ਨਹੀਂ ਮਿਲਦੀ। ਅਤੇ ਅੱਜ ਦੇਸ਼ ਪੱਧਰੀ ਹੜਤਾਲ ਇਸ ਕਰਕੇ ਆ ਕਿ ਜਿਹੜੇ ਅਨਆਰਗੇਨਾਈਜ਼ ਸੈਕਟਰ ਆ, ਕੋਈ ਰੇਹੜੀ ਵਾਲੇ ਆ, ਕਾਰਖਾਨਿਆਂ 'ਚ ਕੰਮ ਕਰਦੇ ਆ, ਜਾਂ 10 ਤੋਂ ਜਿੱਥੇ ਘੱਟ ਅਦਾਰੇ 'ਚ ਲੋਕ ਕੰਮ ਕਰਦੇ ਆ, ਉਹਨਾਂ ਨੂੰ ਸਮਾਜਿਕ ਸੁਰੱਖਿਆ ਦਿੱਤੀ ਜਾਵੇ ਅਤੇ ਘੱਟੋ ਘੱਟ ਉਹਨਾਂ ਨੂੰ ਜਿਹੜੀ ਮਿਨੀਮਮ ਵੇਜ ਆ ਉਹ 26,000 ਰੁਪਈਆ ਜਿਹੜਾ ਉਹ ਉਹਨਾਂ ਨੂੰ ਦਿੱਤੀ ਜਾਵੇ, ਇਹ ਮੰਗ ਆ। ਇਹਦੇ ਨਾਲ ਨਾਲ ਸਰਕਾਰ ਜਿਹੜੀ ਮੁਦਰਾ ਪਾਈਪਲਾਈਨ ਲੈ ਕੇ ਆਈ ਆ ਜਿਹਦੇ ਨਾਲ ਸਾਰਾ ਕੁਛ ਇਹਨਾਂ ਨੇ ਵੇਚ ਦੇਣਾ, ਜਿਹੜਾ ਪਬਲਿਕ ਸੈਕਟਰ ਆ ਜੋ ਵੀ ਉਹਦੀ ਪ੍ਰਾਪਰਟੀ ਵੇਚ ਦੇਣੀ ਆ ਉਹ ਜਿਹੜਾ ਵਾ ਉਹ ਵਾਪਸ ਲਿਆ ਜਾਵੇ। ਜੇ ਉਹ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਸਾਡੀ ਸੁਰੱਖਿਆ ਨਹੀਂ ਰਹਿੰਦੀ ਸਾਡੇ ਕਾਮਿਆਂ ਦੀ। ਸੋ ਅੱਗੇ ਮੰਗ ਕੀਤੀ ਆ ਵੀ ਜਿਹੜੀ ਬੈਂਕਾਂ ਦੇ ਸੰਬੰਧ ਅੰਦਰ ਨਵਾਂ ਸਰਕਾਰ ਕਾਨੂੰਨ ਲਿਆ ਰਹੀ ਆ, ਬਈ ਜਿਹੜੇ ਬੈਂਕ ਨੇ ਉਹਨਾਂ ਨੂੰ ਕਾਨੂੰਨ ਸੋਧ ਕੇ ਜਿਹੜੇ ਸਰਕਾਰੀ ਬੈਂਕ ਨੇ ਉਹਨਾਂ ਨੂੰ ਪ੍ਰਾਈਵੇਟ ਸੈਕਟਰ 'ਚ ਲਿਆ ਰਹੀ ਆ, ਕਾਰਪੋਰੇਟ ਘਰਾਣਿਆਂ ਨੂੰ ਦੇ ਰਹੀ ਆ, ਉਹ ਕਾਨੂੰਨ ਜਿਹੜੇ ਆ ਵਾਪਸ ਲਏ ਜਾਣ। ਇਹਦੇ ਨਾਲ ਨਾਲ ਬਿਜਲੀ ਐਕਟ ਸੋਧ ਬਿੱਲ ਜਿਹੜਾ 2021 ਸਰਕਾਰ ਲਿਆ ਰਹੀ ਆ ਆਉਣ ਵਾਲੇ ਸਮੇਂ ਦੇ ਅੰਦਰ ਉਹ ਜਿਹੜਾ ਵਾ ਬਿੱਲ ਜਿਹੜਾ ਵਾ ਉਹ ਵਾਪਸ ਲਿਆ ਜਾਵੇ। ਜੇ ਉਹ ਬਿੱਲ ਆਉਂਦਾ ਤਾਂ ਲੋਕਾਂ ਨੂੰ ਬਿਜਲੀ ਜਿਹੜੀ ਆ ਬਹੁਤ ਮਹਿੰਗੀ ਮਿਲੇਗੀ ਔਰ ਉਹਦੇ ਨਾਲ ਜਿਹੜੇ ਉਹਦੇ ਅਦਾਰੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀ ਜਿਹੜੀ ਆ ਸੁਰੱਖਿਆ ਜਿਹੜੀ ਆ ਉਹਨਾਂ ਦੀਆਂ ਜਿਹੜੀਆਂ ਕੰਮ ਦੀਆਂ ਹਾਲਤਾਂ ਜਿਹੜੀਆਂ ਵਾ ਉਹ ਮਤਲਬ ਕਿ ਐਵੇਂ ਮੁਸ਼ਕਿਲ 'ਚ ਹੋ ਜਾਣਗੀਆਂ। ਸਰਕਾਰ ਨਾਲੇ ਇਹ ਵੀ ਕਾਨੂੰਨ ਲਿਆ ਰਹੀ ਆ ਵੀ ਜਿਹੜੀ ਡਿਊਟੀ ਆ ਉਹ 8 ਘੰਟੇ ਤੋਂ ਵਧਾ ਦੇਣੀ ਆ, 12 ਘੰਟੇ ਕਰ ਦੇਣੀ ਆ, ਔਰ ਉਹ ਜਿਹੜੀ ਆ ਉਹ ਵੀ ਕਾਨੂੰਨ ਜਿਹੜੇ ਵਾਪਸ ਲਏ ਜਾਣ। ਸਾਡੀ ਮੰਗ ਆ ਵੀ ਡਿਊਟੀ ਸਾਰੇ ਅਦਾਰਿਆਂ ਦੇ ਅੰਦਰ ਦੇਸ਼ ਦੇ ਅੰਦਰ 8 ਘੰਟੇ ਹੋਣੀ ਚਾਹੀਦੀ ਆ। A school with a difference. Pratap World School with latest technology in teaching and learning.
We focus on career academics, excellence and co-curricular activities. A world-class English medium co-educational residential cum day boarding school. Friendly environment, secure campus. Best hostel facilities like your home. Best school for your son and daughter. Admission open for all classes. Pratap World School, Defence Road, Pathankot. Ward number 11, near Novelty Mall, Mamoon Road, Pathankot. Contact us on 9540-06113.